ਜੀ ਬਾਹਰ ਤਾਂ ਸਨੋ ਹੀ ਸਨੋ ਹੋ ਰਹੀ ਆ ਸੀਨ ਇਹ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੈਂ ਕਮਲ ਸਿੱਧੂ ਤੇ ਅੱਜ ਸਨੋ ਬਾਕੀ ਬਹੁਤ ਜ਼ਿਆਦਾ ਪਹਿਲਾਂ 17 ਜਨਵਰੀ ਨੂੰ ਇੱਕ ਸਨੋ ਸਟੋਰਮ ਆਇਆ ਸੀ ਉਦੋਂ ਸਨੋ ਬਹੁਤ ਜ਼ਿਆਦਾ ਪਈ ਸੀ ਤੇ ਕੱਲ੍ਹ ਰਾਤੀ ਹਜੇ ਠੀਕ ਸੀ ਸਨੋ ਤੇ ਬਟ ਹੁਣ ਬਹੁਤ ਜ਼ਿਆਦਾ ਸਨੋ ਹੋ ਰਹੀ ਹੈਗੀ ਬਾਹਰ ਟੈਂਪਰੇਚਰ ਅਰਾਊਂਡ -15 ਡਿਗਰੀ ਹੈਗੀ ਤੇ ਤੁਹਾਨੂੰ ਦਿਖਾਉਣੇ ਆ ਫਿਰ ਪਹਿਲਾਂ ਤੁਹਾਨੂੰ ਬਾਹਰੋਂ ਸਨੋ ਦਿਖਾਉਣੇ ਆ ਕਿ ਬਾਹਰ ਦੇਖੋ ਕਿੰਨੀ ਕਿੰਨੀ ਸਨੋ ਪਈ ਪਈ ਆ ਤੁਸੀਂ ਹੁਣ ਆਈਡੀਆ ਲਾ ਹੀ ਲਿਆ ਹੋਣਾ ਕਿ ਗੱਡੀਆਂ ਦੇਖੋ ਫੁੱਲ ਭਰੀਆਂ ਪਈਆਂ ਨੇ ਹੈਗੀਆਂ ਕਾਫੀ ਸਨੋ ਆ ਜਿਹੜੋ ਪਹਿਲਾਂ ਪੈ ਰਹੀ ਸੀ ਸਨੋ ਕੁਛ ਉਹ ਵੀ ਪਹਿਲਾਂ ਇਕੱਠੀ ਹੋ ਇਕੱਠੀ ਹੋ ਰਹੀ ਆ ਬਾਹਰ ਤੇ ਕੰਮ ਤੇ ਜਾਣਾ ਸੀ ਸਵੇਰੇ ਸਵੇਰੇ ਕੱਲ੍ਹ ਟਿਫਨ ਦੀ ਡਿਲੀਵਰੀ ਵੀ ਨਹੀਂ ਹੋਈ ਹੈਗੀ ਕੱਲ੍ਹ ਵੈਦਰ ਦੇ ਕਰਕੇ ਟਿਫਨ ਡਿਲੀਵਰੀ ਵੀ ਨਹੀਂ ਹੋਈ ਹੈਗੀ ਜੋ ਜ਼ਿਆਦਾਤਰ ਹੁੰਦਾ ਤੁਹਾਨੂੰ ਪਤਾ ਹੀ ਹੋਣਾ ਔਰ ਟਿਫਨ ਲਵਾਏ ਹੁੰਦੇ ਨੇ ਕਿਉਂਕਿ ਕੁਕਿੰਗ ਨਹੀਂ ਹੁੰਦੀ ਟਾਈਮ ਹੀ ਨਹੀਂ ਮਿਲਦਾ ਕੁਕਿੰਗ ਕਰਨ ਦਾ ਤਾਂ ਕਰਕੇ ਟਿਫਨ ਲਵਾਏ ਹੁੰਦੇ ਨੇ ਤਾਂ ਜਿਹੜੀ ਵੈਦਰ ਕੰਡੀਸ਼ਨ ਸੀਗੀ ਉਹਨਾਂ ਨੇ ਟਿਫਨ ਡਿਲੀਵਰ ਨਹੀਂ ਕੀਤਾ ਤਾਂ ਹੁਣ ਆਪਾਂ ਨੂੰ ਬ੍ਰੇਕਫਾਸਟ ਦਾ ਜੁਗਾੜ ਆਫ ਲਾਉਣਾ ਪਊਗਾ ਦੇਖਦੇ ਹਾਂ ਫਿਰ ਆਪਾਂ ਬਣਾਉਣੇ ਆ ਜੀ ਕੁਛ ਤਾਂ ਚਾਹ ਚੋ ਤੇ ਨਾਲ ਦੇਖਦੇ ਹਾਂ ਕੀ ਬਣਾਉਣੇ ਆ ਚਾਹ ਤਾਂ ਗਈ ਹੈ ਮਿੱਤਰੋ ਆਪਣੀ ਰਿੱਝ ਹੁਣ ਇੱਥੇ ਦੁੱਧ ਪਾ ਦਈਏ ਆਈ ਇਹ ਮਿਲਕ ਪਾਊਚ ਹੁੰਦੇ ਨੇ ਉਰੇ ਤੇ ਜਿਨ੍ਹਾਂ ਵਿੱਚ ਆਪਾਂ ਉਰੇ ਪੈਕਟਾਂ 'ਚ ਦੁੱਧ ਆਉਂਦਾ ਤੇ ਆਪਾਂ ਇਹਨਾਂ ਮਿਲਕ ਪਾਊਚ 'ਚ ਜਿਹੜਾ ਦੁੱਧ ਆ ਉਹ ਰੱਖ ਦਿਆਂਗੇ ਅਤੇ ਮਿਲਕ ਪਾਊਚ ਹੁੰਦੇ ਨੇ ਉਰੇ ਜੀ ਕਿਉਂਕਿ ਜਿਹੜਾ ਦੁੱਧ ਉਹ ਪੈਕਟਾਂ 'ਚ ਹੀ ਆਉਂਦਾ ਹੈਗਾ ਜ਼ਿਆਦਾ ਜਿਹੜੇ ਪਲਾਸਟਿਕ ਦੇ ਪੈਕਟ ਹੁੰਦੇ ਨੇ ਤਾਂ ਫਿਰ ਆਪਾਂ ਨੂੰ ਇਹ ਦੁੱਧ ਆ ਜਿਹੜਾ ਉਹ ਇਹਨਾਂ ਮਿਲਕ ਪਾਊਚਾਂ 'ਚ ਹੀ ਰੱਖਣਾ ਪੈਂਦਾ ਵਧੀਆ ਚੀਜ਼ ਆ ਇਹ ਵੀ ਅਤੇ ਬਾਕੀ ਤੁਸੀਂ ਕਹਿੰਦੇ ਹੋਵੋਗੇ ਕਿ ਜਿਵੇਂ ਬਾਹਰ ਤਾਂ ਟੈਂਪਰੇਚਰ ਹੈਗਾ ਆਪਣਾ -15 ਅਤੇ ਅੰਦਰ ਤੁਹਾਨੂੰ ਠੰਡ ਠੰਡ ਕਿਉਂ ਨਹੀਂ ਲੱਗਦੀ ਤਾਂ ਅੰਦਰ ਐਵੇਂ ਹੁੰਦਾ ਕਿ ਇਹਨਾਂ ਨੇ ਜਿਹੜੇ ਵੈਂਟ ਛੱਡੇ ਹੁੰਦੇ ਨੇ ਹੀਟਿੰਗ ਉਹ ਤੋਂ ਅੱਜ ਤੁਹਾਨੂੰ ਦਿਖਾ ਦਿੰਦੇ ਹਾਂ ਆਹ ਹੀਟਿੰਗ ਵੈਂਟ ਛੱਡੇ ਹੁੰਦੇ ਨੇ ਸਾਰੇ ਘਰ 'ਚ ਜਿਹੜਿਆਂ 'ਚ ਹੀ ਹੀਟਿੰਗ ਥੋੜ੍ਹੀ ਜਿਹੀ ਅੰਦਰ ਆਈ ਜਾਂਦੀ ਹੈਗੀ ਉਹਦੇ ਨਾਲ ਇੱਕ ਆ ਦੇਖੋ ਇੱਕ ਆ ਹੋ ਰਹੀ ਆ ਫਰਿੱਜ ਕੋਲ ਅਤੇ ਜਿਹੜੇ ਹੀਟਿੰਗ ਵੈਂਟ ਹੁੰਦੇ ਨੇ ਜਾਂ ਬੇਸਮੈਂਟ 'ਚ ਹੁੰਦੇ ਨੇ ਜੋ ਉਹ ਹੀਟਿੰਗ ਅਤੇ ਕੂਲਿੰਗ ਦੋਨੇ ਹੀ ਦਾ ਸਿਸਟਮ ਹੁੰਦਾ ਗਾ ਯਾਰ ਟਾਈਮ ਹੋ ਰਿਹਾ ਹੁਣ 6:30 ਟਾਈਮ ਦਾ ਟਾਈਮ ਹੋ ਰਿਹਾ ਅਤੇ ਇਦੋਂ ਬਾਅਦ ਤੁਹਾਨੂੰ ਦਿਖਾਉਣੇ ਆਗੇ ਬੱਸ ਆਪਣੀ ਆਊਗੀ 7:30 ਆਪਾਂ ਬੱਸ ਲੈਣੀ ਆ ਉਰੋਂ ਅਤੇ ਫਿਰ ਕੰਮ ਕੁੰਮ 'ਤੇ ਚੱਲਦੇ ਹਾਂ ਉਹ ਤੁਹਾਨੂੰ ਦਿਖਾਉਣੇ ਆ ਬਾਹਰੋਂ ਸੁਣਾ ਉਹਦਾ ਕੀ ਸੀਨ ਆ ਬਾਕੀ ਉਹ ਦੇਖਦੇ ਹਾਂ ਹਜੇ ਕਿਉਂਕਿ ਕੱਲ੍ਹ ਤਾਂ ਸਨੋ ਠੀਕ ਸੀ ਅਜੇ ਪਰ ਅੱਜ ਲੱਗਦਾ ਬਹੁਤ ਜ਼ਿਆਦਾ ਹੋ ਰਹੀ ਆ ਬਾਹਰ ਸਨੋ ਕੰਮ ਲਈ ਰੈਡੀ ਹੋ ਗਿਆ ਅਤੇ ਤੁਹਾਨੂੰ ਦਿਖਾਉਣੇ ਆ ਫਿਰ ਨਿਕਲਦੇ ਹਾਂ ਹੁਣ ਕੰਮ ਲਈ ਹਾਂਜੀ ਬਾਹਰ ਤਾਂ ਸਨੋ ਹੀ ਸਨੋ ਹੋ ਰਹੀ ਆ ਸੀਨ ਇੱਦਾਂ ਗਾ ਪਰ ਕੰਮ 'ਤੇ ਤਾਂ ਆਪਾਂ ਨੂੰ ਜਾਣਾ ਪੈਣਾ ਦੇਖੋ ਪਰਸੋਂ ਥੋੜ੍ਹੀ ਠੀਕ ਸੀਗੀ ਕੱਲ੍ਹ ਜਿਹੜੀ ਆ ਉਹ ਜ਼ਿਆਦਾ ਹੋ ਗਈ ਆ ਜਿਹੜੀ ਆਹ ਸਨੋ ਆ ਉਹ ਪਹਿਲਾਂ ਹੀ 17 ਤਰੀਕ ਦੀ ਪਈ ਹੋਈ ਸੀ ਅਤੇ ਪਰਸੋਂ ਠੀਕ ਸੀ ਕੱਲ੍ਹ ਅਤੇ ਕੱਲ੍ਹ ਦਿਨੇ ਅਤੇ ਰਾਤ ਜ਼ਿਆਦਾ ਸਨੋ ਪੈ ਗਈ ਆ ਅਤੇ ਟੈਂਪਰੇਚਰ ਇਸ ਵਕਤ ਹੈਗਾ -15 ਥੋੜ੍ਹਾ ਅੱਗੇ ਜਾ ਕੇ ਆਪਣਾ ਬੱਸ ਸਟੋਪ ਹੈਗਾ ਉੱਥੋਂ ਆਪਾਂ 4 ਨੰਬਰ ਬੱਸ ਫੜਾਂਗੇ ਕੰਮ 'ਤੇ ਜਾਣ ਲਈ ਕੰਮ ਮੇਰਾ ਨੇੜੀ ਆ ਬੜਾ ਦੂਰ ਕੰਮ ਨਹੀਂ ਹੈਗਾ ਆਪਣਾ ਤਾਂ ਕਰਕੇ ਇੰਨਾ ਜ਼ਿਆਦਾ ਕੋਈ ਉਹ ਨਹੀਂ ਹੁੰਦਾ ਪੈਰ ਪੂਰ ਦੇਖ ਕੇ ਰੱਖਣਾ ਪੈਂਦਾ ਕਿਉਂਕਿ ਸਨੋ 'ਚ ਕੁਛ ਪਤਾ ਨਹੀਂ ਕਦੋਂ ਪੈਰ ਸਲਿੱਪ ਹੋ ਜਾਏ ਇਸ ਲਈ ਬੜਾ ਧਿਆਨ ਨਾਲ ਚੱਲਣਾ ਪੈਂਦਾ ਸਨੋ 'ਚ ਪੈਰ ਪੂਰ ਧਿਆਨ ਨਾਲ ਰੱਖਣਾ ਪੈਂਦਾ
ਆਪਣਾ ਦੂਸਰੀ ਹੁਣ ਮੈਂ ਦੂਸਰੇ ਸਟੋਪ ਤੇ ਖੜ ਗਿਆ ਤੇ ਹੁਣ ਆਪਣੇ ਇੱਥੋਂ 23 ਨੰਬਰ ਬੱਸ ਲੈਣੀ ਹੈ ਜਿਹੜੀ ਕਿ ਆਪਾਂ ਨੂੰ ਕੰਮ ਤੱਕ ਲੈ ਕੇ ਜਾਊਗੀ ਆਈ ਥਿੰਕ ਬੱਸ ਆ ਹੀ ਗਈ ਮੈਨੂੰ ਲੱਗਦਾ ਚਲੋ ਫਿਰ ਤੁਹਾਨੂੰ ਦਿਖਾਉਂਦੇ ਹਾਂ ਅਗਲੀ ਬੱਸ ਚੜ੍ਹਦੇ ਹਾਂ ਅਤੇ ਫਿਰ ਕੰਮ ਤਾਂ ਇਹਦੇ ਤੁਹਾਨੂੰ ਦਿਖਾਵਾਂਗੇ ਅਤੇ ਕੰਮ ਤਾਂ ਆਪਾਂ ਪਹਿਲਾਂ ਹੀ ਆ ਗਏ ਸੀ ਥੋੜ੍ਹਾ ਜਿਹਾ ਅਤੇ ਆਪਣਾ ਗੁਰਦੁਆਰਾ ਉਹ ਲਵੇ ਆ ਮਹਾਂ ਚਲੋ ਬਾਬੇ ਦੇ ਜਾਏ ਹੋਣੇ ਆ ਸਵੇਰੇ ਸਵੇਰੇ ਅਤੇ ਮੱਥਾ ਟੇਕ ਆਉਣੇ ਆ ਅਤੇ ਫਿਰ ਤੁਹਾਨੂੰ ਆ ਜਾਓ ਆਪਾਂ ਗੁਰਦੁਆਰੇ ਦੇ ਦਰਸ਼ਨ ਵੀ ਕਰਾਉਣੇ ਬਾਕੀ ਤਾਂ ਸਨੋਹ ਨਾਲ ਭਰੀ ਹੋਇਆ ਇੱਧਰ ਤਾਂ ਰੋਡ ਤੇ ਸਨੋਹ ਜਿਹੜੀ ਆ ਉਹ ਸਾਫ ਕਰ ਦਿੰਦੇ ਨੇ ਟਰੱਕ ਨਾਲ ਦੀ ਨਾਲ ਜਿਹੜੇ ਸਨੋਹ ਰਿਮੂਵਰ ਟਰੱਕਰ ਹੁੰਦੇ ਨੇ ਔਰ ਸਨੋਹ ਆ ਜਿਹੜੀ ਉਹ ਰਿਮੂਵ ਕਰ ਦਿੰਦੇ ਨੇ ਆਹ ਦੇਖੋ ਜਿਹੜਾ ਵਾਕਵੇ ਆ ਇੱਥੇ ਅਜੇ ਸਨੋਹ ਸਾਫ ਨਹੀਂ ਕੀਤੀ ਕੱਲ ਤਾਂ ਠੀਕ ਸੀ ਰਾਤੀ ਦੁਬਾਰਾ ਸਨੋਹ ਜਿਹੜੀ ਉਹ ਪੈ ਗਈ ਆ ਅਜੇ ਪਰ ਰਿਮੂਵ ਨਹੀਂ ਕੀਤੀ ਤਾਂ ਕਰਕੇ ਥੋੜ੍ਹਾ ਜਿਹਾ ਉਰੇ ਵਾਕਿੰਗ 'ਚ ਔਖਾ ਚੱਲਣਾ ਸਨੋਹ 'ਚ ਗੁਰੂ ਘਰੇ ਆਪਾਂ ਪਹੁੰਚ ਕੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਬਾਬੇ ਦੇ ਘਰੇ ਜਾ ਕੇ ਆਪਾਂ ਹਾਂਜੀ ਵੀਡੀਓ ਫਿਰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬਾਕੀ ਆਪਾਂ ਇਹਦਾ ਸੈਕਿੰਡ ਪਾਰਟ ਬਣਾਵਾਂਗੇ ਜਿਹੜੇ 'ਤੇ ਤੁਹਾਨੂੰ ਆਪਣਾ ਕੰਮ ਦਿਖਾਵਾਂਗੇ ਵੀ ਕਾਰਪੈਂਟਰੀ ਦਾ ਕੰਮ ਕਿਵੇਂ ਹੁੰਦਾ ਅਤੇ ਅੱਜ ਦੇ ਵੀਡੀਓ ਦਾ ਜਸਟ ਮੈਂ ਇੱਕ ਰੂਟੀਨ ਬਣਾਇਆ ਸੀ ਆਪਣਾ ਡੇ ਟੂ ਡੇ ਰੂਟੀਨ ਕਿਵੇਂ ਹੁੰਦਾ ਕੰਮ ਤੋਂ ਪਹਿਲਾਂ ਅਤੇ ਸੈਕਿੰਡ ਪਾਰਟ ਜੇ ਆਪਾਂ ਆਪਣਾ ਵੀਡੀਓ ਕੰਮ 'ਤੇ ਬਣਾਵਾਂਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸਬਸਕ੍ਰਾਈਬ ਨਹੀਂ ਕਰਦੇ ਯਾਰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਬਣਦਾ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਅਤੇ ਥੈਂਕ ਯੂ